बिस्मिल्लाहिर्रहमानिर्रहीम। अस्सलामुअलैकुम जी मेरी प्यारी सी यूट्यूब फैमिली, उम्मीद कर दिया कि तुसी खैरियत नाल होगे। तुसी देख रहे हो मेरा यूट्यूब चैनल आमिना शहजादी। मेरी दुआ वा तुसी जिथे रहो सदास्ते रहो वास्ते रहो शाद रहो ते मैं शबाद रहो। अगर किसी घर परेशानी अल्लाह ते अल्लाह दे हबीब दे सदके दूर है अल्लाह मैं कुल कायनात कर बाच वर्क पाए आमीन। हाँ जी गाइस चलो आओ तुहाडियां दुआवां नाल व्लॉग शुरू कर दें। इत्थे गाइस तुहानू हुण जानवर वगैरह दिखाने ते मौसम तो माशाला माशाला गल्लां छड्ड दो, इन्नी ठंडी हवा घुलदी है ते इन्ना माशाला जबरदस्त मौसम है। हाँ जी गाइस साडे जानवर देखो इंजॉय कर रहे प्यारी प्यारी मौसम च ठंड च, क्योंकि बहुत ज़्यादा ठंड ਇੰਨੀ ਜ਼ਿਆਦਾ ਠੰਡ ਨਹੀਂ ਹੈ ਵੀ ਜਿੰਨੀ ਕੁ ਹੋਣੀ ਚਾਹੀਦੀ ਹੈ ਨਾ ਉੱਨੀ ਕੁ ਹੈ ਨਾ ਕਵਾਂ ਕਿ ਸ਼ਾਦੀਆਂ ਨੇ ਤਾਂ ਹੁਣ ਆਪਦੇ ਕੋਲ ਸਰਦੀ ਬਣਾ ਲਈ। ਆ ਜਾ ਬਿਸਮਿਲਲਾ ਤੇ ਚਲੋ ਗਾਇਸ ਹੁਣ ਆਪਾਂ ਆਪਦੇ ਕੰਮ ਵੱਲ ਚੱਲੀ, ਤੁਹਾਨੂੰ ਦੱਸਿਆ ਆਪਾਂ ਕੰਮ ਕੀ ਕਰਨਾ। ਗਾਇਸ ਦੇਖੋ ਆਹ ਸਾਡੀਆਂ ਇੱਟਾਂ ਵਗੈਰਾ ਪਈਆਂ ਵਾ, ਇੱਥੇ ਨਾਲ ਸਾਡੀ ਨਾ ਵੀ ਜ਼ਮੀਨ ਹੈ ਅਤੇ ਇੱਥੋਂ ਹੁਣ ਆਪਾਂ ਨਾ ਇੱਥੋਂ ਰਾਸਤਾ ਬਣਾਉਣਾ ਵਾ, ਪਾਣੀ ਜਾ ਸਕੇ ਖਾਲਾ ਵਾ ਨਾ, ਅਤੇ ਆਹ ਇੱਟਾਂ ਵਗੈਰਾ ਇੱਥੋਂ ਸੈਰ 'ਤੇ ਕਰਾਂਗੇ ਅਤੇ ਇੱਥੋਂ ਖਾਲੀ ਬਣਾਵਾਂਗੇ ਤਾਂ ਕਿ ਆਪਣੀ ਫਸਲ ਜਿੱਥੇ ਆ ਉੱਥੇ ਝੋਨਾ ਵਗੈਰਾ ਬੀਜਣਾ ਵਾ ਉੱਥੇ ਪਾਣੀ ਜਾ ਸਕੇ। ਹਾਂਜੀ ਗਾਇਸ ਸੁਬਹ ਸੁਬਹ ਦਾ ਟਾਈਮ ਆ, ਨਾਸ਼ਤਾ ਵਗੈਰਾ ਕੀਤਾ ਅਤੇ ਮੈਂ ਕਿਹਾ ਚਲੋ ਹੁਣ ਫਸਲ ਬੀਜਣੀ ਹੈ ਅਤੇ ਮਿਹਨਤ ਤਾਂ ਕਰਨੀ ਪੈਣੀ, ਆਖਰ ਮਿਹਨਤ ਕਰਾਂਗੇ ਤਾਂ ਫਲ ਮਿਲੇਗਾ। ਜਿੱਦਾਂ ਯੂਟਿਊਬ 'ਤੇ ਮਿਹਨਤ ਕਰ ਰਿਹਾ ਤੁਸੀਂ ਦੇਸ਼ ਨੂੰ ਸਪੋਰਟ ਕਰੋ। ਅਤੇ ਗਾਇਸ ਇੱਟਾਂ ਦੇਖੋ ਨਾ ਨਾਲ ਘਰ ਬਣਨ ਦੇ ਆਵਾਂ ਅਤੇ ਉਹਨਾਂ ਦੀਆਂ ਇੱਟਾਂ ਵਗੈਰਾ ਇੱਥੇ ਪਈਆਂ ਸੀ, ਉਹਨਾਂ ਨੂੰ ਮਨਾ ਵੀ ਕੀਤਾ ਸੀ ਕਿ ਤੁਸੀਂ ਇੱਕ ਸਾਈਡ 'ਤੇ ਰੱਖਿਓ, ਉਹਨਾਂ ਗੱਲ ਨਹੀਂ ਸੁਣੀ। ਮਨ ਇੰਨਾ ਗੁੱਸਾ ਆ ਰਿਹਾ ਅਤੇ ਮੈਂ ਕਿਹਾ ਚਲੋ ਹੁਣ ਅਸੀਂ ਖੁਦ ਹੀ ਕਰ ਲੈਂਦੇ ਥੋੜ੍ਹੀ ਬਹੁਤੀ ਮਿਹਨਤ। ਹੁਣ ਮੈਂ ਤਾਂ ਬਿਸਮਿਲਾ ਲੱਗਿਆ ਗਾਇਸ, ਕੋਈ ਬਿਸਮਿਲਾ ਇੱਧਰ ਸੱਟੀ ਹੋਵੇ ਮੈਂ ਇੱਧਰੋਂ ਫਿਰ ਸਾਰੀ ਜਗ੍ਹਾ ਵਿਹਲੇ ਕਰਕੇ ਨਾ ਥੋੜ੍ਹੀ ਜਿਹੀ ਖਾਲੀ ਬਣਾ ਕੇ ਪਾਣੀ ਪੀ ਲਈਏ। ਹਾਂਜੀ ਗਾਇਸ ਬਹੁਤ ਜ਼ਿਆਦਾ ਮੈਨੂੰ ਤਾਂ ਗਰਮੀ ਲੱਗੀ ਜਾਂਦੀ, ਪਸੀਨਾ ਪਸੀਨ ਹੋ ਗਿਆ। ਇੱਟਾਂ ਗਾਇਸ ਸਾਰੀਆਂ ਮੈਂ ਸਾਈਡ 'ਤੇ ਕਰਦੀ, ਹੁਣ ਅਸੀਂ ਕੱਢਾਂਗੇ ਖੇਲੀ। ਅਤੇ ਮੈਂ ਆਖਿਆ ਮੰਮਾ ਹੁਣ ਮੇਰੀ ਬੱਸ ਹੋ ਗਈ 4 ਸਾਲ ਆਏ ਤਾਂ ਮੰਮਾ ਕਹਿੰਦੀ ਹੁਣ ਤਾਂ ਚਾਵਲ ਚਾਵਲ ਕਰਦੀ, ਹੁਣ ਮਿਹਨਤ ਕਰੇਂਗੀ ਪਾਣੀ ਲਾਏਂਗੀ ਫਿਰ ਤੇ ਚਾਵਲ ਹੋਣਗੇ ਫਿਰ ਤੂੰ ਖਾਏਂਗੀ। ਮੈਂ ਕਿਹਾ ਚਲੋ ਠੀਕ ਆ, ਹੁਣ ਮਿਹਨਤ ਤਾਂ ਕਰਨੀ ਪੈਣੀ ਗਾਇਸ, ਆਪਦੇ ਪੇਟ ਵਾਸਤੇ ਕੀ ਕੁਛ ਨਹੀਂ ਕਰਨਾ ਪੈਂਦਾ ਤੇ ਵੀ ਕਰਕੇ ਵੇਖ ਲੈਂਦੇ ਹਾਂ ਤਾਂ ਮੁਸ਼ਕਲ ਬਹੁਤ ਆ। ਅਤੇ ਪਲੀਜ਼ ਜੈਸੇ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਰ ਦਿਓ, ਫਿਰ ਨਾ ਪਤਾ ਕੀ ਕਰਾਂਗੇ ਗਾਇਸ ਇੱਕ ਇੱਕ ਨਾ ਕਿ ਕਿੱਦਾਂ ਕਿੱਦਾਂ ਮੰਨ ਕੇ ਤਾਂ ਕਿਲੋ ਚਾਵਲ ਸਾਡੇ ਹੋ ਜਾਣਗੇ ਪੱਕਾ, ਤੁਹਾਨੂੰ ਪਤਾ ਤਾਂ ਤੁਸੀਂ ਮੇਰਾ ਸਪੋਰਟ ਕਰਨਾ। ਆ ਜਿਹੜੀ ਅੱਜ ਵੀਡੀਓ ਮੈਂ ਅਪਲੋਡ ਕਰਨੀ ਆ ਇਹਦੇ 'ਤੇ ਮੈਨੂੰ ਸਹੀ ਅੱਛੇ ਖਾਸੇ ਵਿਊਜ਼ ਲਾਈਕ ਅਤੇ ਸਬਸਕ੍ਰਾਈਬ ਵੀ ਆਉਣੇ ਚਾਹੀਦੇ ਆ, ਆਪਣਾ ਦੱਸਾਂਗੀ ਆ ਤੁਹਾਨੂੰ। ਚਲੋ ਗਾਇਸ ਹੁਣ ਨਾ ਬਣਾਉਂਦੇ ਹਾਂ ਖਾਲੀ, ਗੱਲਾਂ ਨੂੰ ਹੁਣ ਬਸ ਕਰਦੇ ਹਾਂ। ਬਸ ਹੋ ਗਈ ਮੇਰੀ ਆਸਫ, ਤੁਹਾਨੂੰ ਮਦਦ ਲੈਂਦੇ ਹਾਂ ਆਸਫ ਭਾਈ ਆ ਕੇ ਸਾਡੀ ਮਦਦ ਕਰੇਗਾ ਅਤੇ ਖੇਲੀ ਬਣਾਏਗਾ, ਇਹ ਐਡਾ ਸ਼ਰਮੀਲਾ ਵਾ ਨਾ ਅਤੇ ਪਾਪਾ ਕਹਿੰਦੇ ਆਪਦੇ ਕਦਰਾਂ ਨੂੰ ਵਿੱਚ ਲੈ ਕਿਆ ਕਰੋ, ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਐਡਾ ਸ਼ਰਮੀਲਾ ਵਿਚਾਰਾ ਐਂ ਖੜਾ ਦਿਆ, ਪਤਾ ਨਹੀਂ ਕੈਮਰੇ ਲੈ ਚੁੱਕ ਕੇ ਲੈ ਜਾਂਦਾ, ਚੱਲ ਕੰਮ ਕਰ।
ਲੱਗਦਾ ਅੱਗ ਲੱਗੂਗੀ। ਹਾਂਜੀ ਗਾਇਸ, ਉਧਰ ਅਸੀਂ ਅੱਗ ਲਾਉਣ ਗਏ ਸੀ ਤੁਹਾਨੂੰ ਦੱਸਿਆ, ਤੇ ਉਹ ਆਸਾ ਉੱਥੇ ਨਿਕਲਣ ਨੂੰ ਖੁੱਲ ਗਿਆ, ਫਿਰ ਮੈਂ ਇਕੱਲੀ ਰਹਿ ਗਈ, ਬਿਸਮਿਲਾ ਵੀ ਨਿਕਲ ਗਈ, ਤੇ ਮੈਂ ਕਿਹਾ ਚਲੋ ਸ਼ਾਦੀ ਦਾ ਹੁਣ ਤੂੰ ਆਪ ਖੁਦ ਹੀ ਕਰ ਲਾ, ਤੇ ਫਿਰ ਜਦੋਂ ਝੋਨਾ ਲੱਗ ਗਿਆ ਜਿੱਦਾਂ ਫਿਰ ਕੋਈ ਆਇਆ ਨਾ ਮਨ ਸਾਨੂੰ ਦੇ ਦਿਓ, ਮਨ ਸਾਨੂੰ ਦੇ ਦਿਓ। ਆਸਾ ਨੂੰ ਕਹਿ ਤੂੰ ਤਾਂ ਮੈਨੂੰ ਇਹੀ ਦੌੜ ਲਾ ਕੇ ਦੇ ਕੇ ਗਿਆ ਸੀ ਨਾ, ਬਹੁਤ ਕਾਇਦੇ ਤੇ ਖਪਾ ਵਾ, ਬਹੁਤ ਹੀ ਥੱਕ ਗਏ ਆ। ਤੁਸੀਂ ਵੀ ਹੁਣ ਕੁਛ ਨਾ ਹੈਲਪ ਹੁਲਪ ਕਰ ਦਿਓ, ਬੜੀ ਮਿਹਰਬਾਨੀ ਆ, ਹੱਥ ਬੰਨੇ ਤੁਹਾਡੇ ਅੱਗੇ, ਕੁਛ ਮੇਰੀ ਮਦਦ ਕਰੋ, ਕੁਛ ਮੈਨੂੰ ਇੱਕ ਪੌਦਾ ਲਗਾਓ ਗਾਇਸ, ਉਹਨੂੰ ਪਾਣੀ ਵਗੈਰਾ ਦਾਂਗੇ ਤੇ ਉਹ ਆਪਦੇ ਪੈਰਾਂ 'ਤੇ ਖੜਾ ਹੋਏਗਾ, ਉਦੋਂ ਮੈਨੂੰ ਵੀ ਕੋਈ ਸਬਸਕ੍ਰਾਈਬ ਲਾਈਕ ਵਿਊਜ਼ ਵਗੈਰਾ ਦਿਓ, ਤਾਂ ਮੈਂ ਵੀ ਜਲਦੀ ਜਲਦੀ ਹੁਣ ਕਾਮਯਾਬ ਹੋ ਜਾ। ਗਾਇਸ ਵੀਡੀਓ ਆਪਦੇ ਮੈਂ ਹੱਥ ਕ੍ਰਾਸ ਕਰਨ ਦੀਆਂ ਨਾ ਵੀ, ਜਿੱਦਾਂ ਮੇਰੇ ਕੋਲ ਬਣਦੀ ਆ, ਮੈਂ ਆਪਦੇ ਅਚਾਨਕ ਅੱਛੀ ਤੋਂ ਅੱਛੀ ਮੇਰੇ ਕੋਲ ਵੀਡੀਓ ਬਣੇ, ਠੀਕ ਹੈ ਨਾ, ਅਤੇ ਫਿਰ ਤੁਸੀਂ ਦੱਸੋ ਤੁਹਾਨੂੰ ਵੀਡੀਓ ਪਸੰਦ ਨਹੀਂ ਆਉਂਦੀ, ਅਤੇ ਮੈਂ ਸਪੋਰਟ ਕਰੋ, ਠੀਕ ਹੈ ਨਾ। ਆਪਣਾ ਫੋਨ ਆ ਸਾਫ਼ ਕਰਨ ਵਾਲਾ, ਤੇ ਤੁਹਾਨੂੰ ਪਤਾ ਝੋਨਾ ਲਾਉਣਾ ਤੇ ਸਫਾਈ ਵਗੈਰਾ ਤੇ ਜ਼ਰੂਰਤ ਆਪਾਂ ਪੱਟ ਲਈਏ, ਆ ਬੂਹੀਆਂ ਵਗੈਰਾ ਨਾ ਸਵਾਰ ਕੇ ਸਾਫ਼ ਕਰ ਦੇ ਸ਼ਾਜ਼ੀਆ ਬੇਟਾ। ਜੀ ਜੀ ਮੰਮਾ, ਤੁਸੀਂ ਟੈਨਸ਼ਨ ਹੀ ਨਾ ਲਓ, ਮੈਂ ਮਿੰਟ ਮਾਰ ਗਾਇਸ। ਆਸ ਮੈਨੂੰ ਪਿੱਛੇ ਦੇਖ ਕੇ ਹੱਸੀ ਜਾਂਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਹੱਸੀ ਕਿਉਂ ਜਾਂਦਾ ਵਾ, ਤੂੰ ਆ ਕੇ ਮੇਰੀ ਹੈਲਪ ਕਰਾ ਦੇ, ਉੱਥੇ ਖੜਾ ਹੋ ਕੇ ਹੱਸੀ ਜਾਂਦਾ। ਹਾਂਜੀ ਗਾਇਸ, ਲੋਕ ਕਹਿੰਦੇ ਆ ਕਿ ਇਹ ਜ਼ਮੀਨ ਵਗੈਰਾ ਕੰਮ ਵੀ ਫਸਲ ਵਗੈਰਾ ਕਰਨਾ ਇੱਥੇ ਲੜਕਿਆਂ ਦਾ ਕੰਮ ਆ, ਨਹੀਂ ਉਹਨਾਂ ਦੀ ਸੋਚ ਗਲਤ ਹੈ, ਲੜਕੀਆਂ ਵੀ ਕਰ ਸਕਦੀਆਂ, ਅਸੀਂ ਕੋਈ ਕੰਮ ਨਹੀਂ ਦਿਆ ਲੜਕੇ ਕਰ ਸਕਣ, ਲੜਕੀਆਂ ਨਾ ਕਰ ਸਕਣ। ਦੇਖੋ ਗਾਇਸ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ, ਇੱਕ ਵੀਡੀਓ ਇਹ, ਦੂਸਰੀ ਬਣਾਵਾਂਗੇ ਝੋਨਾ ਲੱਗਣ ਦੀ, ਜ਼ਮੀਨ ਵਾਹਣ ਦੀ ਥਾਈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਕੰਮ ਲੜਕੀਆਂ ਕਰ ਸਕਦੀਆਂ ਵਾ, ਮੇਰੇ ਭੈਣ ਭਾਈ ਜਿਹੜੀਆਂ ਮੈਨੂੰ ਮੇਰੀਆਂ ਭੈਣਾਂ ਦੇਖਣ ਦੀਆਂ, ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਇਹ ਅੱਲਾ 'ਤੇ ਛੱਡ ਦਿਓ, ਤਾਂ ਆਪ ਤੁਸੀਂ ਯਕੀਨ ਰੱਖੋ ਇੱਕ ਨਾ ਇੱਕ ਦਿਨ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ। ਹਾਂਜੀ ਗਾਇਸ ਦੇਖੋ, ਇੱਥੇ ਜਗ੍ਹਾ ਸਾਫ਼ ਕਰਤੀ ਆ ਅੱਛੇ ਤਰੀਕੇ ਨਾਲ, ਨਹੀਂ ਕਿ ਤੂੰ ਜਿਵੇਂ ਵੀ ਕੀਤੀ ਕਰਤੀ ਆ, ਮੇਰਾ ਗਾਇਸ ਦਿਲ ਕੱਟਣਾ ਪਿਆ, ਉਹਨਾਂ ਦੇ ਵੀਡੀਓ ਦੇ ਐਂਡ ਮਿਲਾਂਗੇ ਅਗਲੀ ਵੀਡੀਓ 'ਚ।